ਦੀ ਹਾਜ਼ਰ ਕਰਬਲਾ ਇਹ ਹਨ ਇਮਾਮ ਹੁਸੈਨ ਅਲੈਹਿ ਸਲਾਮ ਦੀ ਅਤਾ ਹੈ। ਹਜ਼ਰਤ ਅਬਾਸ ਦੇ ਹਾਲ ਮੈਂ ਥਾਈ ਪੜ ਮੈਂ ਘਰ ਖੜਾ ਮੈਂ ਸਰਵੋਤੇ ਖਲੋਤਾ ਸਿਰਫ ਉਹ ਇਲਾਕਾ ਹੋਣ ਦੀ ਵਜ੍ਹਾ ਤੋਂ ਨਹੀਂ ਮਜਲਿਸ ਦੇ ਪਾਣੀ ਦਾ ਨਾਮ ਪੜ ਲਓ ਮੇਰਾ ਘਰ ਹੈ ਤੁਸੀਂ ਸਾਰੇ ਮੇਰੇ ਮਹਿਮਾਨ ਹੋ ਮੈਂ ਕੁਰਬਾਨ ਬਈ ਨੂੰ ਜ਼ਿਆਦਾ ਨਾ ਪਹਿਨਦਾ ਉਹਨਾਂ ਦਾ ਲੰਮਾ ਸਫ਼ਰ ਹੈ ਪਰ ਉਹਨਾਂ ਦਾ ਸਫ਼ਰ ਉਸੀ ਥਾਈ ਪਾਕਿਸਤਾਨ ਹੈ ਆਰਾਮ ਦੇ ਸਵਾਰੀ ਤੇ ਸੌਖੀ ਸੜਕ ਤੇ ਮਾਦ ਜਨਾਲ ਦਿੱਤੇ ਉਹ ਵੀ ਆਈ ਹੈ ਜੇ ਇਸ ਅੰਧੇਰੇ ਚ ਹਜ਼ਾਰਾਂ ਮੀਲ ਦਾ ਪੱਧ ਕਰਕੇ ਸ਼ਾਮ ਮੰਨਣਾ ਹੈ ਸਦਕੇ ਬਾਈ ਸਦਕੇ ਬਾਈ ਸਦਕੇ ਬਾਈ ਮੇਰੀ ਨਿਗਾਹ ਦੀ ਜ਼ਾਤ ਵਿੱਚ ਪੀਰ ਅਲਿਆਸ ਨਹੀਂ ਹੁਣ ਬੰਦਾ ਕੋਈ ਨਹੀਂ ਜਿਹਦੀ ਅੱਖ ਚ ਖੁਰਾਕ ਜਾਰੀ ਨਾ ਹੋ ਗਈ ਹੋਵੇ ਆਓ ਨਤੀਜੇ ਤੇ ਜਾਓ ਫਿਰ ਉਸ ਦੇ ਬਾਅਦ ਜਿਤਨੇ ਦਿਨ ਜ਼ਿੰਦਾ ਰਹੀ ਹਰ ਸਾਹ ਨਾਲ ਮਕਤੂਲਾ ਜਰਬਾਂ ਗਿਰਦਾ ਹਰ ਸਾਹ ਦੀ ਮਕਤੂਲਾ ਪਸਲੀਆਂ ਟੁੱਟੀਆਂ ਹੋਈਆਂ ਮੈਨੂੰ ਤਾਂ ਸਾਹ ਲੈਣਾ ਬੜਾ ਔਖਾ ਹੋ ਗਿਆ ਜ਼ਿੰਦਗੀ ਦਾ ਆਖਰੀ ਦਿਨ ਤੇ ਔਖੀਆਂ ਵਸੀਅਤਾਂ ਇੱਕ ਵੈਣ ਤੇ ਫਿਰ ਜਨਾਜ਼ੇ ਤੇ ਜਿਤਨਾ ਦਿਲ ਰੱਖੇ ਬਾਈ ਤੋਂ ਬਾਤ ਆਇਆ ਦੁੱਖ ਮੈਂ ਪੁੱਛ ਲਿਆ ਜੋ ਕੁਰਬਾਨ ਬਾਈ ਕਿਹੜੇ ਦੁੱਖ ਤਿਲਾਵਤ ਕਰਨੇ ਇਸਾ ਬਚਾਉ ਕੇ ਇਹਦਾ ਸੀਰਤ ਤੇ ਮੇਜ਼ਬਾਨ ਤੇ ਮੈਂ ਇੱਕ ਵੈਣ ਕਰਨ ਲੱਗਾ ਬੱਚਿਆਂ ਨੂੰ ਯਾਦ ਆਉਣੀਆਂ ਚਾਹੀਦੀਆਂ ਨੇ ਵਸੀਅਤਾਂ ਅਲੀ ਅਮੀਰ ਨੂੰ ਘਰ ਬੁਲਵਾ ਕੇ ਤੁਹਾਡਾ ਜਿਵੇਂ ਦਿਲ ਲੱਗ ਰਿਹਾ ਤੁਸੀਂ ਰੋਂਦੇ ਰਹੇ ਬਾਬਾ ਜੀ ਮਜਮਾ ਹਾਇ ਕਰਦਾ ਰਿਹਾ ਗੁਲਾਮ ਬਾਸੀ ਮੇਰੀ ਮਿੰਨਤ ਤੇ ਮੇਰੇ ਅਗਲੇ ਲਫ਼ਜ਼ ਤੇ ਹਰ ਬੰਦਾ ਨਾ ਲੈ ਲੋ ਫਰ ਹਾਇ ਤੇ ਬਾਈ ਜਾਨ ਰੋਆ ਬਣਾਵੇ ਇਸ ਕਿਸ ਤੇ ਮੇਰੀ ਮਿੰਨਤ ਮਿਨਲ ਮਹਦ ਇਲਲਾ ਕਸ਼ਮੀਨੀ ਦੀ ਕਿਤਾਬ ਹੈ ਜਦੋਂ ਮੈਂ ਪੜ੍ਹਿਆ ਬਾਬਾ ਜੀ ਉਸ ਤੋਂ ਅਗਲੀ ਸਤਰ ਮੈਂ ਥੁਨਾਈ ਪੜ੍ਹੀ ਕੇ ਸਾਰੀ ਰਾਤ ਰੁਨਮ ਉਹ ਪਰ ਲਿਖਦੇ ਅੱਲਾ ਜਾਣੇ ਕਿੰਨਾ ਡਰੇ ਹੋਏ ਹਨ ਘਰ ਦਾ ਹੁਜਰਾ ਕਨੀਜ਼ਾ ਤੋਂ ਖਾਲੀ ਕਰਵਾ ਕੇ ਹਾਇ ਕਰਨ ਵਾਲੇ ਉਹ ਖਾਲੀ ਹੁਜਰੇ ਚਲੀ ਜੀ ਅੱਲਾ ਦੇ ਸਾਹਮਣੇ ਬੁਲਾ ਕੇ ਅਲੀ ਦੇ ਯਦੁੱਲਾ ਹੱਥ ਦੇ ਸਹਾਰੇ ਨਾਲ ਜ਼ਮੀਨ ਤੋਂ ਔਖਾ ਉੱਠ ਕੇ ਤੇ ਸੱਜੇ ਖੱਬੇ ਵੇਖ ਕੇ ਹੌਲੇ ਹੌਲੇ ਆਖਿਆ ਨੇ ਯਾ ਅਲੀ ਅੱਜ ਮੈਂ ਮਰ ਵਜਣਾ ਹੈ ਜ਼ਿੰਦਗੀ ਦਾ ਪਤਾ ਨਹੀਂ ਜੋ ਜਿਹੜੀਆਂ ਵਸੀਅਤਾਂ ਬਾਈ ਜਾਨ ਪੜ੍ਹਨੀਆਂ ਉਹ ਬਾਈ ਜਾਨ ਪੜ੍ਹ ਸਨ ਵਸੀਅਤਾਂ ਇਤਨੀਆਂ ਨਾ ਇੱਥੇ ਮੈਂ ਰਲ ਕੇ ਸਾਰੀ ਰਾਤ ਪੜ੍ਹੀਆਂ ਨਹੀਂ ਮੁੱਕਦੀਆਂ ਬਾਬਾ ਜੀ ਨਹੀਂ ਮੁੱਕਦੀਆਂ ਕੁਝ ਵਸੀਅਤਾਂ ਇਹਨਾਂ ਮਨਜ਼ੂਮ ਕੀਤੀਆਂ ਨੇ ਮੇਰਾ ਦਿਲ ਨਹੀਂ ਆਈ ਜੋ ਮੈਂ ਮਾਤਮ ਕਰਾਂ ਤੇ ਬਾਈ ਜਾਨ ਵਸੀਅਤਾਂ ਪੜ੍ਹਨ ਕਿਉਂਕਿ ਮੈਂ ਮੇਜ਼ਬਾਨਾਂ ਤੇ ਇਤਨਾ ਹੀ ਹਕੀਕਤ ਤਗਰੀ ਆ ਇਤਨਾ ਹੀ ਹੋ ਸਕਦਾ ਜਿਤਨਾ ਤੁਸੀਂ ਲੈ ਰੋ ਕਰੀ ਹੋਈ ਮੁਹੰਮਦ ਦੀ ਦੀਆ ਤੇ ਯਾ ਅਲੀ ਮੈਂ ਅੱਜ ਮਰ ਵਜਣਾ ਹੈ ਬਾਕੀ ਵਸੀਅਤਾਂ ਪੜ੍ਹਦੇ ਨੇ ਭਾਈ ਚਾਹੇ ਵਸੀਅਤਾਂ ਔਖੀਆਂ ਯਾ ਅਲੀ ਇੱਕ ਵਸੀਅਤ ਮੇਰੇ ਜਨਾਜ਼ੇ ਵਾਸਤੇ ਲੱਕੜੀ ਦਾ ਤਾਬੂਤ ਬਣਾਵੇ ਜਨਾਜ਼ਾ ਚਾਰ ਪਾਈ ਤੇ ਹੋਵੇ ਤੇ ਮਰਨ ਵਾਲੇ ਦੇ ਕੰਮ ਦਾ ਪਤਾ ਲੱਗ ਪੈਂਦਾ ਹੈ ਅਗਲੀ ਜਿਹੜਾ ਬੰਦਾ ਜਨਾਜ਼ੇ ਨਾਲ ਕਬਰਿਸਤਾਨ ਵੇਖਦਾ ਹੋਵੇ ਉਹ ਤਾਂ ਹਰ ਕਰੇ ਸੀ ਅਗਲੀ ਵਸੀਅਤ ਯਾ ਅਲੀ ਮੈਂ ਜਾਣਦੀ ਹਾਂ ਮੈਂ ਵਾਰਸਾ ਸ਼ਰੀਅਤਾਂ ਮੈਂ ਜਾਣਦੀ ਹਾਂ ਜਨਾਜ਼ਾ ਪਾਸੇ ਦੇ ਬਾਹਰ ਕਬਰ ਵਿੱਚ ਲਹਾਇਆ ਵੇਂਦਾ ਹੈ ਆਪਣੇ ਖੈਬਰ ਸ਼ਿਕਨ ਹੱਥਾਂ ਤੇ ਜਲ ਜਲ ਕੇ ਰਹਾਵੇਂ ਮੇਰਾ ਪਾਸਾ ਡੁੱਬਦਾ ਹੈ ਬੰਦਾ ਸਾਰੀ ਜ਼ਿੰਦਗੀ ਨਹੀਂ ਰੁਨਾ ਤੇ ਅੱਜ ਮਜਲਸੇ ਚਾਇਆ ਬੈਠੇ ਉਹ ਕਿਵੇਂ ਨਾ ਰੋਸੀ ਯਾ ਜੋ ਸ਼ਰੀਅਤ ਦੇ ਵਾਜਬ ਹੈ ਮਾਸੂਮ ਬਾਬਾ ਦੀ ਪਹਿਲੇ ਖੁਦ ਕਰੇਂਦੇ ਫਿਰ ਤੁਹਾਨ ਤੇ ਮੈਂ ਹੁਕਮ ਦਿੰਦੇ ਮਾਸੂਮਾ ਸੈਣ ਪੈ ਫਰਮਾਉਂਦੇ ਨੇ ਯਾ ਅਲੀ ਮੈਂ ਜਾਣਦੀ ਹਾਂ ਮੇਰੇ ਬਾਬੇ ਦੀ ਸ਼ਰੀਅਤ ਵਿੱਚ ਜਦਾ ਜਨਾਜ਼ਾ ਕਬਰ ਵਿੱਚ ਲਿਟਾਇਆ ਜਾਵੇ ਤਲਕੀਨ ਪੜੀਂਦੀ ਹੈ ਤੇ ਮੋਢੇ ਹਲਾਏ ਹੋਏ ਨੇ ਯਾ ਅਲੀ ਜਦਾ ਮੋਢੇ ਹਲਾਵੇਂ ਆਪ ਹਲਾਵੇਂ ਤੇ ਹੌਲੇ ਹਲਾਵੇਂ ਮੈਂ ਦੀ ਪਈਆ ਤੋਂ ਵੇ
پڑھدا اللہ جان لا ایک جملہ ہدیہ پیا کرے گا جڈا لال مغلا ولے کہ بی بی ادی حیا کاری دروازے چ میرے بابے دی خوشبو ہے بی بی Yeah.
ستار میں بھائی جان تو سانی مصرا پھر بڑا بڑا جان انہاں کئی دفعہ کہ بی بی آدی آئی میں ڈری ہوئی ہاں بابا جی ماما بھینا دیا پردے چین اللہ نہ کرے دین کہندا خوف ہوئے او پرائے شہر جو ٹرے جدا پیٹے شہر دی آبادی نظر آوے وقت اپنے آپ نو آدیے بھاوے
جناب ابوذر کوئی نہ پکڑ گئی تک لوکاں جناب ابوذر جناب ابوذر کول لوکاں پوچھے رات کتھاں ہوئے ابوذر فرمیندے رات سیدہ دفن ہو گئی ایک ملون دے ساتھ کیوں نہیں سجیا گیا ابوذر رو کے آدم رسول دی جی فرما گئی جڑے بابے دے جنازے چ نہیں ہے میرے جنازے چ نہ ہوئے اللہ جان دے ملون ایو جے تماشا مار ہے ابوذر دی انتلیاں زمین تے لگیاں رخسار تے ہتھ رکھ کے آدھا ہائے بطول اللہ جان دے تلیاں دے کے اٹھ دے آئے آیا ہے ہن سمجھ لگی ہے تیریا اکھا دی رات کیوں نہیں رک دی رب جان چہرے اک دس دے دتا کے لوگ تلے کمنٹ کر کے آتے ہیں سارا جھوٹ بولے دن شیعہ ذاکر عالم ان کو جھ نہیں ہویا سارا کلام حکمہ سے اے حکمہ چار مکتے ہیں جو چون کے ساتھ بھائیو حکمہ میں پڑے اے حکمہ جار کے بھائیو میں پڑے جو میڈیا دے دورے لوگ آتے ہیں نائیو جی ان کو جھ نہیں ہویا سارا کلام حکمہ سے قربان مدینے بیچ اجڑی کینچے وقت نبھائے اندھی کبار کبار مخدوم کن فض جدا مخدوم کن فض جدا ہے چھڑکیا دربار السلام علیکم ورحمۃ اللہ وبرکاتہ
السلام عليك يا ابا عبد الله الحسين السلام عليك يا ابن رسول الله سيد الثقلين يا ابن امير المؤمنين وابن سيد الوسيين تردك باخي علي اماد ابن اربان السلام عليك يا ذا الفضل العباس الله كربلا كن وجي مولا باس ترا غلیاں تے قبر دے قریب زیر کوپا جڑاوے سے اکھاں بند کر کے سیدا دی غربت وین سن تے جڑی اجی اجی اے بھین رل گئی اے السلام عليك يا ايها العبد الصالح المطيع لله والرسول وعلى امير المؤمنين السلام عليكم جميع الشهداء كربلاء السلام عليكم رحمه الله وبركاته السلام عليك يا مولاي الغريب الغرباء موئن ظفا یا الفقراء مغیث الشیعت والغار فی یوم الجلال السلام علیک یا ونیس النفوس ایہا المدغون بیان توس سلطان العرب والعجم يا علي علي ابن موسى رضا الرازم القدر والقدام السلام عليكم ورحمة الله وبركاته صلى الله عليك يا مولانا يا برحمتك يا ارحم الراحمين برخاندان جناب سید بلند سلوا اللہ